ਅੱਜ ਦਿੱਲੀ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਨੀਤੀ ਆਯੋਗ ਦੀ ਬੈਠਕ ਹੋਵੇਗੀ ਪਰ ਇਸ ਬੈਠਕ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜriwal ਸਮੇਤ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਬਾਈਕਾਟ ਕੀਤਾ ਹੈ ਤਿੰਨੇ ਮੁੱਖ ਮੰਤਰੀਆਂ ਨੇ ਸੂਬਿਆਂ ਦੇ ਅਧਿਕਾਰ ਘਟਾਏ ਜਾਣ ਜਾਂ ਫਿਰ ਅਣਗੌਲੇ ਕੀਤੇ ਜਾਣ ਦੇ ਰੋਸ ਦੇ ਵਜੋਂ ਇਸ ਮੀਟਿੰਗ ਦੇ ਵਿੱਚ ਸ਼ਾਮਲ ਨਾ ਹੁੰਦਾ ਫੈਸਲਾ ਲਿਆ ਹੈ ਅੱਜ ਤੋਂ ਬਾਅਦ ਕੱਲ ਨੂੰ ਯਾਨੀ ਕਿ ਐਤਵਾਰ 28 ਮਈ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੇਂ ਸੰਸਦ ਭਵਨ ਦਾ ਵੀ ਉਦਘਾਟਨ ਕਰਨਗੇ ਤੇ ਇਸ ਉਦਘਾਟਨੀ ਸਮਾਰੋਹ ਦਾ ਵੀ ਭਾਰਤ ਦੀਆਂ 22 ਪਾਰਟੀਆਂ ਨੇ ਬਾਈਕਾਟ ਕੀਤਾ ਹੈ ਆਮ ਆਦਮੀ ਪਾਰਟੀ ਵੀ ਸ਼ਾਮਿਲ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਉਦਘਾਟਨੀ ਸਮਾਰੋਹ ਦੇ ਵਿੱਚ ਵੀ ਨਾਂ ਜਾਣਦਾ ਐਲਾਨ ਕੀਤਾ ਹੈ ਇਹਨਾਂ ਵਿਰੋਧੀ ਪਾਰਟੀਆਂ ਨੂੰ ਰੋਸਾ ਹੈ ਕਿ ਉਦਘਾਟਨ ਨਵੇਂ ਸੰਸਦ ਭਵਨ ਦਾ ਜੇ ਹੋਣਾ ਹੈ ਤਾਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੋਂ ਕਰਵਾਇਆ ਜਾਣਾ ਚਾਹੀਦਾ ਹੈ ਨਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਰੋਸਾ ਜਤਾਇਆ ਹੈ ਕਿ ਇਸ ਉਦਘਾਟਨੀ ਸਮਾਰੋਹ ਦੇ ਵਿੱਚ ਰਾਸ਼ਟਰਪਤੀ ਨੂੰ ਸੱਦਾ ਤੱਕ ਨਹੀਂ ਦਿੱਤਾ ਗਿਆ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਕੱਲ ਆਪਣੇ ਟਵਿੱਟਰ ਹੈਂਡਲ ਤੇ ਇਸ ਨਵੇਂ ਸੰਸਦ ਭਵਨ ਦੀ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ ਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਵੀਡੀਓ ਨੂੰ ਅੱਗੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਹੈਸ਼ਟੈਗ ਮਾਈ ਪਾਰਲੀਮੈਂਟ ਮਾਈ ਪ੍ਰਾਈਡ ਨਾਲ ਸਾਂਝਾ ਕਰਨ। ਪੀਐਮ ਨੇ ਅਪੀਲ ਕੀਤੀ ਕਿ ਲੋਕ ਇਸ ਵੀਡੀਓ ਬਾਰੇ ਆਪਣੇ ਵਿਚਾਰ ਰੱਖਣ ਜਿਸ ਨੂੰ ਉਹ ਮੁੜ ਅੱਗੇ ਟਵੀਟ ਕਰਨਗੇ ਯਾਨੀ ਕਿ ਪ੍ਰਧਾਨ ਮੰਤਰੀ ਉਹਨਾਂ ਦੇ ਟਵੀਟ ਨੂੰ ਰੀਟਵੀਟ ਕਰਨਗੇ। ਸੂਿਕ ਪਾਸੇ ਤਾਂ ਦਿੱਲੀ ਦੇ ਵਿੱਚ ਕੱਲ ਨੂੰ ਆਲੀਸ਼ਾਨ ਨਵੇਂ ਸੰਸਦ ਭਵਨ ਦਾ ਉਦਘਾਟਨ ਸਰਕਾਰ ਕਰੇਗੀ ਦੂਸਰੇ ਪਾਸੇ ਦਿੱਲੀ ਦੇ ਜੰਤਰ ਮੰਤਰ ਤੇ ਬੈਠੇ ਪਲਵਾਨ ਨਵੀਂ ਸੰਸਦ ਦੇ ਬਾਹਰੀ ਮੈਲਾ ਸਨਮਾਨ ਮਹਾਪੰਚਾਇਤ ਕਰਨਗੇ ਕੱਲ ਨੂੰ ਸਵੇਰੇ 11:30 ਵਜੇ ਪਹਿਲਵਾਨਾਂ ਨੇ ਨਵੇਂ ਸੰਸਦ ਭਵਨ ਵੱਲ ਮਾਰਚ ਕੱਢਣ ਦਾ ਐਲਾਨ ਕੀਤਾ ਹੈ ਤੇ ਨਵੇਂ ਸੰਸਦ ਦੇ ਭਵਨ ਬਾਹਰ ਜਾ ਕੇ ਫਿਰ ਮਹਿਲਾਵਾਂ ਦੀ ਮਹਾਪੰਚਾਇਤ ਕਰਨ ਦਾ ਪ੍ਰੋਗਰਾਮ ਰੱਖਿਆ ਹੈ ਹਾਲਾਂਕਿ ਅੰਦਾਜ਼ਾ ਲਾਇਆ ਹੀ ਜਾ ਸਕਦਾ ਹੈ ਕਿ ਪਹਿਲਵਾਨਾਂ ਨੂੰ ਉੱਥੇ ਤੱਕ ਪੁਲਿਸ ਪਹੁੰਚਣ ਨਹੀਂ ਦੇਵੇਗੀ ਕਿਉਂਕਿ ਪੁਲਿਸ ਨੇ ਮਹਾਪੰਚਾਇਤ ਦੇ ਲਈ ਇਹਨਾਂ ਨੂੰ ਮਨਜ਼ੂਰੀ ਵੀ ਨਹੀਂ ਦਿੱਤੀ ਹੈ ਅਤੇ ਕੱਲ ਨੂੰ ਦਿੱਲੀ ਦੀਆਂ ਹੱਦਾਂ ਵੀ ਪੁਲਿਸ ਦੇ ਵੱਲੋਂ ਸੀਲ ਕੀਤੀਆਂ ਜਾ ਸਕਦੀਆਂ ਨੇ ਜਦ ਕਿ ਕੱਲ ਪ੍ਰੈਸ ਕਾਨਫਰੰਸ ਕਰਦੇ ਆ ਪਹਿਲਵਾਨ ਸਾਕਸ਼ੀ ਮਲਿਕ ਨੇ ਦੱਸਿਆ ਕਿ ਮਹਾਪੰਚਾਇਤ ਦੇ ਵਿੱਚ ਖਾਪਾਂ ਸਮੇਤ ਕਿਸਾਨ ਮਜ਼ਦੂਰ ਜਥੇਬੰਦੀਆਂ ਮਹਿਲਾ ਜਥੇਬੰਦੀਆਂ ਤੇ ਨੌਜਵਾਨ ਜਥੇਬੰਦੀਆਂ ਸ਼ਾਮਿਲ ਹੋਣਗੀਆਂ ਉਹਨਾਂ ਦਾਵਾ ਕੀਤਾ ਕਿ ਮਹਾਪੰਚਾਇਤ ਸ਼ਾਂਤਮਈ ਢੰਗ ਦੇ ਨਾਲ ਕੀਤੀ ਜਾਵੇਗੀ ਜੇ ਕੋਈ ਜ਼ਬਰ ਜ਼ੁਲਮ ਹੋਇਆ ਤਾਂ ਪਹਿਲਵਾਨ ਉਸ ਦਾ ਸਾਹਮਣਾ ਕਰਨਗੇ ਉਹਨਾਂ ਦੱਸਿਆ ਕਿ 28 ਮਈ ਨੂੰ ਯਾਨੀ ਕਿ ਕੱਲ ਨੂੰ 11 ਵਜੇ ਸਿੰਘੂ ਬਾਰਡਰ ਤੇ ਕਿਸਾਨ ਮਜ਼ਦੂਰ ਜਥੇਬੰਦੀਆਂ ਇਕੱਠੀਆਂ ਹੋਣਗੀਆਂ ਤੇ ਯੂਪੀ ਦੀਆਂ ਖਾਪ ਪੰਚਾਇਤਾਂ ਗਾਜ਼ੀਪੁਰ ਬਾਰਡਰ ਤੇ ਜੁੜਨਗੀਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਵੀ ਇਸ ਮਹਾਪੰਚਾਇਤ ਵਿੱਚ ਜਾਣ ਦਾ ਐਲਾਨ ਕੀਤਾ ਹੈ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਦੇਰ ਨੇ ਕਿਹਾ ਹੈ ਕਿ 12 ਵਜੇ ਦੇ ਕਰੀਬ ਬਿਆਸ ਪੁਲ ਤੋਂ ਇਹਨਾਂ ਦਾ ਵਫ਼ਦ ਦਿੱਲੀ ਦੇ ਲਈ ਰਵਾਨਾ ਹੋ ਜਾਵੇਗਾ ਤੇ ਸਰਵਣ ਸਿੰਘ ਪੰਦੇਰ ਨੇ ਵੱਧ ਤੋਂ ਵੱਧ ਔਰਤਾਂ ਨੂੰ ਪੰਜਾਬ ਤੋਂ ਇਸ ਜਥੇ ਦੇ ਵਿੱਚ ਮਹਾਪੰਚਾਇਤ ਸ਼ਾਮਿਲ ਹੋਣ ਦੇ ਲਈ ਚੱਲਣ ਦੀ ਅਪੀਲ ਕੀਤੀ ਹੈ ਜਿਹੜਾ ਜੰਤਰ ਮੰਤਰ ਤੇ ਮੋਰਚਾ ਚੱਲ ਰਿਹਾ ਮਹਿਲਾ ਔਰਤ ਪਹਿਲਵਾਨਾਂ ਦਾ ਜਿਨ੍ਹਾਂ ਨੇ ਬ੍ਰਿਜ ਭੂਸ਼ਣ ਸ਼ਰਨਜੀ ਦੇ ਖਿਲਾਫ ਜੌਨ ਸ਼ੋਸ਼ਨ ਦੇ ਇਲਜ਼ਾਮ ਲਾਏ ਨੇ ਅਜੇ ਤੱਕ ਮੋਦੀ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਗਈ ਉਹਨਾਂ ਪੂਰੇ ਦੇਸ਼ ਨੂੰ ਅਹਵਾਨ ਕੀਤਾ ਪਿਠਾਈ ਨੂੰ ਔਰਤਾਂ ਦੇ ਸਨਮਾਨ ਦਾ ਦਿਹਾੜਾ ਮਨਾਇਆ ਜਾਣਾ ਵਾ ਔਰ ਉਦੋਂ ਬਾਅਦ ਪਾਰਲੀਮੈਂਟ ਵੱਲ ਮਾਰਚ ਕਰਨਾ ਵਾ ਪੀਸਫੁਲੀ ਤਰੀਕੇ ਨਾਲ ਔਰ ਅਸੀਂ ਉਹਦਾ ਸਮਰਥਨ ਕਰਨ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕੱਲ ਬਿਆਸ ਪੁਲ ਤੋਂ 12 ਵਜੇ ਵੱਡਾ ਜੱਥਾ ਰਵਾਨਾ ਕਰੂਗੀ ਜਿਹੜਾ ਅੰਬਾਲਾ ਮੰਜੀ ਸਾਹਿਬ ਠਹਿਰੇਗਾ ਤੋਂ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਬੇਨਤੀ ਆ ਵੀ ਵੱਦ ਤੋਂ ਵੱਦ ਔਰਤਾਂ ਜਿਹੜੀਆਂ ਦਿੱਲੀ ਜਾਣੀਆਂ ਚਾਹੀਦੀਆਂ ਵੱਦ ਤੋਂ ਵੱਦ ਸਾਡੇ ਨਾਲ ਚਲੋ ਧੰਨਵਾਦ